ਦੇਸ਼ ਵਿਦੇਸ਼ ਦੀ ਧਰਤੀ 'ਤੇ ਦੈਨਿਕ ਸਵੇਰਾ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 9 ਨੰਬਰ ਪੌੜੀ, ਜਿਸ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਰਵਣ ਕਰਨ ਦੇ ਉੱਤੇ ਬਖਸ਼ਿਸ਼ ਕਰ ਰਹੇ ਨੇ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਮਹਾਰਾਜ ਕਹਿੰਦੇ ਈਸ਼ਰ ਦਾ ਅਰਥ ਸ਼ਿਵ ਹੈ, ਔਰ ਬਰਮਾ ਬ੍ਰਹਮਾ ਤੋਂ ਹੈ, ਇੰਦ ਤੋਂ ਇੰਦਰ ਹੈ। ਸੁਣਿਆ ਮੁੱਖ ਸਲਾਹਣ ਮੰਦ, ਕਹਿੰਦੇ ਉਸ ਮਾਲਕ ਦੀ ਇਬਾਦਤ, ਉਹਦੇ ਨਾਮ ਨੂੰ ਸੁਣੀਏ, ਉਹਦੀ ਬਾਣੀ ਨੂੰ ਸੁਣੀਏ, ਉਹਦੇ ਬਚਨਾਂ ਨੂੰ ਸੁਣੀਏ। ਤਾਂ ਈਸ਼ਰ ਬ੍ਰਹਮਾ ਇੰਦ, ਕਹਿੰਦੇ ਇਹੋ ਜੀ ਸ਼ਿਵ ਵਰਗੀ, ਬ੍ਰਹਮਾ ਵਰਗੀ ਔਰ ਇੰਦਰ ਵਰਗੀ, ਕਹਿੰਦੇ ਭਗਤ ਜਨਾਂ ਦੇ ਹਿਰਦੇ ਵਿੱਚ ਉਹ ਮਾਲਕ ਦੇ ਪਿਆਰੇ ਜਦੋਂ ਉਹਦੀ ਇਬਾਦਤ ਵਿੱਚ ਜੁੜਦੇ ਆ ਨਾ, ਅਤੇ ਉਹ ਇਸ ਪਦਵੀ ਤੱਕ ਅੱਪੜ ਜਾਂਦਾ। ਕਿਉਂਕਿ ਗੁਰਬਾਣੀ ਵਿੱਚ ਦੇਵ ਬਣਨ ਦੀ ਗੱਲ ਆਈ। ਆਪਾਂ ਆਸਾ ਕੀ ਵਾਰ ਵਿੱਚ ਸਤਿਗੁਰਾਂ ਦਾ ਬਚਨ ਪੜ੍ਹਾਂਗੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਅਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਅਤੇ ਦੇਵਤੇ ਦਾ ਭਾਵ, ਰਾਕਸ਼ਸ਼ ਦਾ ਭਾਵ, ਇਹ ਜਿਤਨਾ ਵੀ ਹੈ, ਇਹ ਮਨੁੱਖ ਦੀ ਬਿਰਤੀ ਹੈ, ਜਿਹੜਾ ਉਹਦਾ ਸਰੀਰਕ ਢਾਂਚਾ ਨਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਉਹਦੀ ਕਿਸੇ ਵੀ ਮਨੁੱਖ ਨੂੰ ਤੁਸੀਂ ਕਹਿੰਦੇ ਜੀ ਇਹ ਬੰਦਾ ਬੜਾ ਬਦਲ ਗਿਆ, ਤਾਂ ਉਹ ਬਦਲ ਗਿਆ ਦਾ ਭਾਵ ਇਹ ਨਹੀਂ ਹੁੰਦਾ ਵੀ ਉਹਦੇ ਕੋਈ ਸਰੀਰ ਦੇ ਜਿਹੜੇ ਅੰਗ ਬਦਲ ਗਏ ਨੇ, ਐਸਾ ਨਹੀਂ ਹੁੰਦਾ। ਆਪਾਂ ਉਹਦੇ ਸੁਭਾਅ ਨੂੰ ਵੇਖ ਕੇ ਕਹਿੰਦੇ ਇਨਸਾਨ ਬੜਾ ਬਦਲ ਗਿਆ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕਿਸੇ ਮਨੁੱਖ ਦੇ ਤੁਸੀਂ ਕੰਮ ਵੇਖਦੇ ਹੋ ਅਤੇ ਕਹਿੰਦੇ ਹੋ ਇਹ ਬੰਦਾ ਨਹੀਂ, ਇਹ ਤਾਂ ਦੇਵਤਾ ਹੈ। ਕਿਸੇ ਮਨੁੱਖ ਦੇ ਇੰਨੇ ਨੀਵੇਂ ਕਰਮ ਆਪਾਂ ਵੇਖਦੇ ਹਾਂ ਅਤੇ ਕਹਿੰਦੇ ਹਾਂ ਇਹ ਇਨਸਾਨ ਨਹੀਂ, ਇਹ ਤਾਂ ਰਾਕਸ਼ਸ਼ ਹੈ। ਤਾਂ ਇਹ ਬਿਰਤੀ ਉਹਦੇ ਕਰਮਾਂ ਨੂੰ ਵੇਖ ਕੇ ਕੁਝ ਕਿਹਾ ਗਿਆ। ਕਹਿੰਦੇ ਸੁਣਿਆ ਈਸ਼ਰ ਬਰਮਾ ਇੰਦ, ਇਹੋ ਜਿਹੀ ਪਦਵੀ ਨੂੰ ਤੂੰ ਪ੍ਰਾਪਤ ਹੋ ਜਾਏਗਾ ਜੇ ਕਿਤੇ ਧਿਆਨ ਨਾਲ ਉਸ ਮਾਲਕ ਦੀ ਸਿਫਤੋਂ ਸਲਾਹ ਨੂੰ ਸੁਣ ਲਵੇਂ। ਸੁਣਿਆ ਮੁੱਖ ਸਲਾਹਣ ਮੰਦ, ਕਹਿੰਦੇ ਮੰਦਾ ਮਨੁੱਖ ਵੀ ਮੂੰਹੋਂ ਰੱਬ ਦੀਆਂ ਸਿਫਤਾਂ ਉਹ ਵੀ ਕਰਨੀਆਂ ਸ਼ੁਰੂ ਕਰ ਦਿੰਦਾ ਜੇ ਕਿਤੇ ਧਿਆਨ ਨਾਲ ਸੁਣ ਲਵੇ। ਕਿਉਂਕਿ ਪਰਮੇਸ਼ਰ ਦੀ ਇਬਾਦਤ ਉਹਦਾ ਨਾਮ ਉਹਦੇ ਅੰਦਰ ਦੀ ਮੈਲ ਨੂੰ ਧੋਂਦਾ ਹੈ। ਜਿਵੇਂ ਜਿਵੇਂ ਸੁਣਦਾ ਜਾਂਦਾ ਉਹਦੇ ਔਗਣ ਦੂਰ ਹੁੰਦੇ ਨੇ ਅਤੇ ਉਹਨੂੰ ਗੁਣਾਂ ਦੀ ਦਾਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮ੍ਰਿਤ ਵੇਦ, ਕਹਿੰਦੇ ਫਿਰ ਉਹਨੂੰ ਪ੍ਰਭੂ ਮੇਲ ਦੀ ਜੁਗਤੀ ਦੀ ਜਿਹੜੀ ਉਹ ਸਮਝ ਪੈਂਦੀ। ਜੋਗ ਦਾ ਅਰਥ ਹੈ ਜੁੜਨਾ, ਸੁਣਿਆ ਜੋਗ ਜੁਗਤ, ਜੁਗਤ ਦਾ ਅਰਥ ਹੈ ਤਰੀਕਾ। ਮਾਲਕ ਦੇ ਬਚਨਾਂ ਨੂੰ ਸੁਣਦਿਆਂ ਸੁਣਦਿਆਂ ਉਹਨੂੰ ਇਹ ਸੋਝੀ ਆਉਂਦੀ ਹੈ, ਸ਼ਾਸਤਰਾਂ ਸਿਮ੍ਰਤੀਆਂ ਅਤੇ ਵੇਦਾਂ ਦੀ, ਭਾਵ ਕਿ ਜਿਹੜੇ ਧਾਰਮਿਕ ਗ੍ਰੰਥ ਉਹਨਾਂ ਵਿੱਚ ਜੋ ਕੁਝ ਲਿਖਿਆ ਹੈ ਉਹ ਤੱਕਦਾ ਹੈ। ਉੱਥੋਂ ਤੱਤ ਦੀ ਬਾਤ ਨੂੰ ਫਿਰ ਉਹ ਪੜ੍ਹਨਾ ਸ਼ੁਰੂ ਕਰਦਾ ਹੈ। ਤੱਤ ਦੀ ਬਾਤ ਉਹਦੇ ਜੀਵਨ ਦਾ ਹਿੱਸਾ ਬਣਦੀ ਹੈ। ਅਤੇ ਨਾਲ ਮਹਾਰਾਜ ਫਿਰ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿੰਦੇ ਤੇਰੇ ਭਗਤ, ਤੇਰੇ ਪਿਆਰੇ, ਜਿਨ੍ਹਾਂ ਦੇ ਜੀਵਨ ਵਿੱਚ ਸਦਾ ਹੀ ਵਿਗਾਸ, ਸਦਾ ਹੀ ਖੇੜਾ, ਕਿਉਂਕਿ ਉਹ ਜੁੜੇ ਉਸ ਮਾਲਕ ਦੇ ਨਾਲ ਹੈ ਜਿਹੜਾ ਆਪ ਸਦਾ ਖੇੜੇ ਵਿੱਚ ਰਹਿਣ ਵਾਲਾ, ਖਿੜਿਆ ਰਹਿਣ ਵਾਲਾ ਹੈ। ਕਿਸੇ ਇਨਸਾਨ ਨਾਲ ਜੁੜੋਗੇ, ਜੇ ਉਹ ਬੰਦਾ ਅੱਜ ਬੜਾ ਖੁਸ਼ ਹੈ ਤਾਂ ਤੁਸੀਂ ਵੀ ਖੁਸ਼ ਹੋ। ਜੇ ਉਸ ਇਨਸਾਨ ਨੂੰ ਅੱਜ ਕੋਈ ਵਿਪਤਾ ਪਈ ਹੈ, ਉਹ ਦੁਖੀ ਹੈ, ਮੂਡ ਔਫ ਹੈ, ਤਾਂ ਤੁਸੀਂ ਉਹਦੇ ਨਾਲ ਜੁੜਿਓ ਤਾਂ ਸੁਭਾਵਿਕ ਜੀ ਬਾਤ ਹੈ, ਤੁਹਾਡਾ ਵੀ ਉਹੀ ਹਾਲ ਹੋ ਜਾਏਗਾ। ਇਸੇ ਕਰਕੇ ਕਹਿੰਦੇ ਉਹ ਰੱਬ ਦੇ ਪਿਆਰੇ ਭਗਤ ਜਨ, ਉਹਦੀ ਇਬਾਦਤ ਵਾਲੇ, ਸੌਖਾ ਜਿਹਾ ਬਚਨ ਹੈ, ਧੀ ਪੁੱਤਰ ਮਹਾਰਾਜ ਨੇ ਦਿੱਤਾ ਹੋਵੇ ਅਤੇ ਹੁਣ ਧੀ ਪੁੱਤਰ ਨਾਲ ਸਾਡਾ ਸੁਨੇਹ ਹੈ, ਧੀ ਪੁੱਤਰ ਹੱਸਦਾ ਖੇਡਦਾ ਖੁਸ਼ ਹੈ, ਤਾਂ ਮਾਂ ਜਾਂ ਬਾਪ ਕਿੰਨੇ ਖੁਸ਼ ਨੇ। ਕੋਈ ਬੱਚਾ ਕਿਤੇ ਬਿਮਾਰ ਠਮਾਰ ਪੈ ਜਾਏ, ਹੋਸਪਿਟਲ ਚਲਾ ਜਾਏ, ਉਹਨੂੰ ਕੋਈ ਦਵਾ ਦਾਰੂ ਚੱਲ ਰਿਹਾ ਹੋਵੇ, ਐਸਾ ਕੁਝ ਹੈ, ਤਾਂ ਸੁਭਾਵਿਕ ਹੈ ਤੁਸੀਂ ਵੇਖੋਗੇ ਮਾਂ ਬਾਪ ਵੀ ਵਿਚਾਰੇ ਦੁਖੀ ਹੋ ਜਾਂਦੇ ਨੇ। ਜੇ ਉਹਨਾਂ ਨੂੰ ਪੁੱਛਿਆ ਜਾਏ ਵੀ ਰੋਗ ਤਾਂ ਕੇਵਲ ਬੱਚੇ ਨੂੰ ਹੈ, ਦੁੱਖ ਤਾਂ ਕੇਵਲ ਬੱਚੇ ਨੂੰ ਹੈ, ਤੁਹਾਨੂੰ ਤਾਂ ਕੋਈ ਪੀੜਾ, ਕੋਈ ਰੋਗ ਕਿਸੇ ਪ੍ਰਕਾਰ ਦਾ ਇਹੋ ਜਿਹਾ ਨਹੀਂ ਹੈ, ਤਾਂ ਤੁਹਾਡਾ ਚਿਹਰਾ ਕਿਉਂ ਉੱਤਰ ਗਿਆ? ਕਿਉਂਕਿ ਉਹ ਕਹਿੰਦੇ ਆ ਕਿ ਸਾਡਾ ਸੁੱਖ, ਖੁਸ਼ੀ ਅਤੇ ਖੇੜਾ ਇਸੇ ਨਾਲ ਹੀ ਜੁੜਿਆ ਹੈ। ਤਾਂ ਕਰਕੇ ਕੁਝ ਵਸਤੂਆਂ ਨਾਲ, ਪਦਾਰਥਾਂ ਨਾਲ, ਪਰਿਵਾਰਾਂ ਨਾਲ ਜਦੋਂ ਅਸੀਂ ਇਸ ਤਰ੍ਹਾਂ ਰੱਬ ਦੇ ਪਿਆਰੇ ਉਸ ਮਾਲਕ ਨਾਲ ਜੁੜ ਜਾਂਦੇ ਜੋ ਸਦਾ ਵਿਗਾਸ ਵਿੱਚ ਹੈ, ਗੁਰੂ ਕਿਰਪਾ ਕਰੇ ਅਸੀਂ ਵੀ ਉਸ ਦੇ ਨਾਮ ਨਾਲ ਜੁੜੀਏ ਜਿੱਥੇ ਸਦਾ ਹੀ ਖੇੜਾ ਹੈ, ਸਦਾ ਹੀ ਖੁਸ਼ੀ ਹੈ, ਦੁੱਖ ਨਹੀਂ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਗਲੇ ਹੋਰ ਖਬਰਾਂ ਸੁਣਨ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।